ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 7 ਵਜ ਗਏ ਤੇ ਆਪਾਂ ਉੱਠ ਗੜੇ ਨਹਾ ਧੋ ਕੇ ਹੋ ਗਏ ਫਰੈਸ਼ ਤੇ ਇੱਧਰ ਬੰਦਾ ਵੀਰੇ ਚਾਹ ਤੇ ਹੁਣ ਚੱਲਦੇ ਆਪਾਂ ਤੇ ਲੇਟ ਹੋ ਗਏ ਜਾਣਾ ਸਾਜਰੇ ਦਾ ਤੇ ਮਿੰਟੂ ਨੂੰ ਚੱਕਦੇ ਹਾਂ ਤੇ ਫਿਰ ਤੇਲ ਪਵਾ ਕੇ ਫਿਰ ਤੁਰਦੇ ਹਾਂ ਤੇ ਫਿਰ ਅਗਲੀ ਗੱਲਬਾਤ ਅੱਗੇ। ਤੇ ਲਓ ਬਈ ਤੇਲ ਪਾਉਂਦੇ ਹਾਂ ਗੱਡੀ 'ਚ ਤੇ ਫਿਰ ਤੁਰਦੇ ਹਾਂ ਕਿਉਂਕਿ ਮਿੰਟੂ ਹਲੇ ਆ ਰਿਹਾ ਤੇ ਫੁੱਲ ਕਰਾ ਲੈਣੀ ਡੈਂਕੀ ਆ ਤੇ ਆਪਣੀ ਹੋ ਗਈ ਲੈਟ ਲੈਟ ਵੈਟ ਸੈੱਟ ਤੇ ਹੁਣ ਤੇਲ ਪਵਾ ਕੇ ਮਿੰਟੂ ਕੀ ਕਹਿੰਦਾ ਆ ਰਿਹਾ ਮਿੰਟੂ ਤੇ ਤਰਪਾਲ ਆਪਾਂ ਨੇ ਰਾਤ ਪਾਤੀ ਸੀਗੀ ਕਿਉਂਕਿ ਬੱਦਲ ਬਾਈ ਹੋਈ ਵੀ ਸੀਗੀ ਐਂ ਨਹੀਂ ਪਤਾ ਵੀ ਮੀਂਹ ਆ ਜਾਵੇ ਹਨਾ ਰਾਤ ਨੂੰ ਇਸ ਕਰਕੇ ਪਹਿਲਾਂ ਹੀ ਆਉਣਾ ਪੱਕੇ ਕੰਮ ਕਰਕੇ ਚਲੋ ਬਾਅਦ 'ਚ ਫਿਰ ਮਿੰਨਤਾਂ ਕਰਨੀਆਂ ਪੈਂਦੀਆਂ ਇਹਨਾਂ ਦੀਆਂ ਕੋਈ ਫਾਇਦਾ ਨਹੀਂ ਉਹਦਾ ਗੱਲਬਾਤ ਇਸ ਕੱਪੜੇ ਪ੍ਰੈਸ ਡੀਜ਼ਲ ਹੋ ਗਿਆ ਆਪਣੇ ਉਰੇ 88 ਰੁਪਏ 27 ਪੈਸੇ ਇੰਟੈਂਸਿਟੀ ਹੈਗੀ ਇਹਦੀ 813 ਵੀ ਪੱਖਾ ਘੁੰਮ ਰਿਹਾ ਇਹ ਪੱਖਾ ਤਾਂ ਘੁੰਮ ਰਿਹਾ ਵੀ ਤੇਲ ਜਾਂਦਾ ਦਿਖੀ ਜਾਏ ਵੀ ਤੇਲ ਜਾ ਰਿਹਾ ਬੰਦੇ ਕਹਿੰਦੇ ਵੀ ਇੰਫੋਰਮੇਟਿਵ ਹੋਣਾ ਚਾਹੀਦਾ ਕੁਛ ਨਾ ਕੁਛ ਵਿੱਚ ਲਓ ਜੀ ਆਹ ਪੱਖਾ ਦੱਸਤਾ ਵੀ ਪੱਖਾ ਇਹ ਤਾਂ ਘੁੰਮਦਾ ਵਿੱਚ ਵੀ ਦਿਖਦਾ ਰਹੇ ਵੀ ਤੇਲ ਜਾ ਰਿਹਾ ਇੱਕ ਹੋਰ ਚੀਜ਼ ਮੈਂ ਦਿਖਾਵਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਦੇਖੋ ਹੈ ਫਰਕ ਐਡੇ ਐਡੇ ਥੰਦ ਲੈ ਲੈ ਚਲਾਣੇ ਆਉਂਦੇ ਨਹੀਂ ਇਹ ਜੀ ਬਲੂਨ ਹੈ ਵੱਡੇ ਵਾਲਾ ਉਹ ਪਰਲੇ ਵਾਲਾ ਵੀ ਵੱਡੇ ਵਾਲਾ ਉਹ ਅੱਗੇ ਲੱਗੇ ਹੋਏ ਛੋਟੇ ਹੋਏ ਤੈਅ ਹੋ ਗਏ ਹੁਣ ਜਦੋਂ ਲਿਫਟ ਚੱਕਾਂਗੇ ਉਹ ਖੁੱਲ ਜਾਂਦੇ ਨੇ ਤੇ ਇਹ ਵਾਲੇ ਜਦੋਂ ਲਿਫਟ ਚੱਕਦੇ ਆ ਬੰਦ ਹੋ ਜਾਂਦੇ ਨੇ ਤੇ ਉਹ ਖੁੱਲ ਜਾਂਦੇ ਨੇ ਇਹ ਕੁੱਪਾ ਇਹਦੇ ਨਾਲ ਬ੍ਰੇਕ ਲੱਗਦੀ ਆ ਹੈਂਡ ਬ੍ਰੇਕ ਵਾਸਤੇ ਜ਼ਿਆਦਾ ਮਤਲਬ ਜ਼ਰੂਰੀ ਆ ਪਰ ਹਰ ਇੱਕ ਚੀਜ਼ ਵਾਸਤੇ ਜ਼ਰੂਰੀ ਹੈ ਇਹ ਨਹੀਂ ਹੋਏਗਾ ਤਾਂ ਬ੍ਰੇਕ ਨਹੀਂ ਹੋਏਗੀ ਅਤੇ ਆਹ ਸ਼ਾਫਟ ਹੈ ਚਰੀ ਗੁੱਲਾ ਪਹਿਲੇ ਇਹਦੇ ਜਾਂਦੇ ਸੀ 17 ਨੰਬਰ ਨਟ ਅਤੇ ਹੁਣ 19 ਨੰਬਰ ਨਟ ਕਰਦੇ ਹਾਂ ਅਤੇ ਨਟ 4 ਨੇ ਪਹਿਲੇ 7-8 ਨਟ ਹੁੰਦੇ ਸੀ ਉਹੀ ਦੇਖਦੇ ਰਹਿੰਦੇ ਸੀ ਥੱਲੇ ਵੜ ਵੜ ਅਤੇ ਚਾਬੀ ਪਾਨਾ ਅੱਗੇ ਹੀ ਪਿਆ ਹੁੰਦਾ ਸੀ ਇਹ ਇਹਦਾ ਭਰਾ ਹੈ ਜੇ ਇਹਨੂੰ ਲੋਡ ਪੈ ਜਾਵੇ ਫਿਰ ਆਹ ਕੰਮ ਆਉਂਦਾ ਔਖੇ ਟਾਈਮ ਉਹ ਖੜਦਾ ਤੇ ਬਾਕੀ ਨਹੀਂ ਮੈਂ ਸਟੱਪਣੀ ਲਾਣੀ ਇੱਕ ਹੋਰ 233 ਬਸ ਬਸ ਕੱਟ ਮਾਰਤੀ ਇੱਕ ਵਾਰੀ ਹੋਰ ਚੱਲ ਕਿੰਨਾ ਕਰ ਯਾਰ ਟੈਂਕੀ ਵੱਡੀ ਹੋ ਗਈ ਮੈਨੂੰ ਲੱਗਦਾ ਤੇਲ ਪਵਾ ਕੇ ਦੇਖ ਲਾ ਜਾ ਕਿੰਨਾ ਕਰਾਂ ਬੋਲ ਪਾ ਜਿੰਨਾ ਪੈਂਦਾ ਚਲੋ ਵੀ 235 ਲੀਟਰ 65 20,800 ਤੇਲ ਆ ਗਿਆ ਇਹਦੇ 'ਚ ਅਤੇ ਫੁੱਲ ਹੋ ਗਈ ਆਪਣੀ ਅਤੇ ਹੁਣ ਮੋਟਰ ਰਾਹੀਂ ਪਰਲੇ ਵਿੱਚ ਜਾਊਗਾ ਇਹ 'ਚ ਲਵਾਈ ਵੀ ਆਪਣੇ ਮੋਟਰ ਅਤੇ ਹੁਣ ਇਹ ਆਟੋਮੈਟਿਕ ਢੱਕਣ ਲਾਉਣਾ ਥੋੜ੍ਹਾ ਜਿਹਾ ਹਿਸਾਬ ਨਾਲ ਪੈਂਦਾ ਇਹ ਅਤੇ ਬੰਦਾ ਸਾਡਾ ਪਾਇਲਟ ਸਾਹਿਬ ਆਇਆ ਨਹੀਂ ਉਹ ਆਏਗਾ ਫਿਰ ਆਪਾਂ ਜਾਵਾਂਗੇ ਅਤੇ ਆਪਾਂ ਨੇ ਪਰਲੀ ਮੈਂ ਨਹੀਂ ਪਾਉਣਾ ਹਾਂ ਵਾਹ ਤੇਲ ਲੈਣਾ ਤਾਂ ਆਪਾਂ ਨੇ ਚਲੋ ਬਾਈ ਉਸਤਾਦ ਜੀ ਆ ਗਏ ਸਾਡੇ
ਤੇ ਜਾਂਦੇ ਹਾਂ ਹੁਣ ਖੁਰਾਕ ਪਾਣੀ ਮੁੱਕੀ ਵੀ ਦੀ ਲੈ ਲਈਏ ਉੱਧਰ ਮਿਲਦਾ ਨਹੀਂ ਫਿਰ ਅਸੀਂ ਚਲੋ ਹੁਣ ਚਲਦੇ ਹਾਂ ਬਾਏ ਬਾਏ ਪੰਪ ਵਾਲਿਓ ਕਿੱਦਾਂ ਫਿਰ ਪੰਪ ਵਾਲਿਓ ਕੀ ਚਾਹੀਦਾ ਆ ਗੱਡੀਆਂ 'ਚ ਪਾਉਣ ਨੂੰ ਡੀਜ਼ਲ ਚਾਹੀਦਾ ਆ ਮਿਲਜੂਗਾ ਕਾਰਾਂ 'ਚ ਪਾਉਣ ਲਈ ਪੈਟਰੋਲ ਚਾਹੀਦਾ ਆ ਉਹ ਵੀ ਹੈਗਾ ਆ ਕੋਟੀਆਂ ਅਸੀਂ ਰੱਖਣੀਆਂ ਨੇ ਤੂੰ ਨਹੀਂ ਲੈ ਗਿਆ ਚੱਲ ਸਾਡੇ ਕੋਲ ਉਹ ਵੀ ਹੈਗੀ ਆ ਮਿਲ ਜੂਗੀ ਜੰਮੂ ਕਸ਼ਮੀਰ ਚ ਪਾਉਣ ਨੂੰ ਹੁੱਡੀ ਚਾਹੀਦੀ ਆ ਮਿਲ ਜੂਗਾ ਠੀਕ ਹੈ ਜੀ ਮਿੱਤਰੋ ਜਲੰਧਰ ਲੁਧਿਆਣਾ ਇੱਧਰ ਆਪਾਂ ਬਾਹਰਲੇ ਮੁਲਕ ਚ ਆ ਗਏ ਕਿਉਂਕਿ ਬਾਹਰਲੇ ਮੁਲਕ ਇੱਧਰਲੇ ਪਾਸੇ ਚੱਲਦੇ ਆ ਨਾ ਆਪਾਂ ਉਹ ਦੇਖੋ ਉੱਧਰ ਦੇ ਗੱਡੀਆਂ ਉੱਧਰ ਨੂੰ ਜਾ ਰਹੀਆਂ ਇੱਧਰ ਨੂੰ ਵੀ ਜਾ ਰਹੀਆਂ ਸਾਰੇ ਪਾਸੇ ਨੂੰ ਚੱਲ ਰਿਹਾ ਕੰਮ ਤੇ ਹੁਣ ਦੇਖਦੇ ਹਾਂ ਅੱਗੇ ਜਾ ਕੇ ਵੀ ਕੀ ਬਣਦਾ ਹੈ ਨਾ ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਬੰਦ ਕੀਤਾ ਵਾ ਸੀਗਾ ਅਤੇ ਬੈਰੀਕੇਡ ਲਾਏ ਹੋਏ ਸੀਗੇ ਅੱਗੇ ਅਤੇ ਤੁਹਾਨੂੰ ਵੀ ਦਿਖਾ ਦਾਂਗੇ ਜੇ ਖੁੱਲ੍ਹਾ ਹੋਇਆ ਭਾਈ ਅਤੇ ਤੁਸੀਂ ਵੀ ਇੱਧਰ ਨੂੰ ਆ ਜਾਇਆ ਕਰਿਓ ਰੋਡ ਛੱਡਤਾ ਆਪਾਂ ਨੇ ਆਹ ਜਿਹੜੇ ਪਰ ਚੜ੍ਹੇ ਦੇ ਇੱਧਰ ਵਿੱਚ ਨੂੰ ਜਾਵਾਂਗੇ ਪਿੰਡਾਂ 'ਚ ਨੂੰ ਅਤੇ ਕਿਉਂਕਿ ਉੱਥੇ ਕਈ ਵਾਰ ਜਾਮ ਲੱਗ ਜਾਂਦਾ ਬਾਰਡਰ 'ਤੇ ਸਰਸੇਣੀ ਵਾਲੇ ਦੇ ਅਤੇ ਇਸ ਕਰਕੇ ਹੁਣ ਇੱਧਰ ਨੂੰ ਜਾਵਾਂਗੇ ਔਰ ਇਹਦੇ ਲੋਹਗੜ ਮਾਣਕਪੁਰ ਡੰਗਡੈਰੀ ਜੇ ਸਰਸੇਣੀ ਸਰਸੇਣੀ ਵਾਲੇ ਘੱਟ 'ਤੇ ਨਿਕਲਾਂਗੇ ਜਾ ਕੇ ਜਿੱਥੇ ਭਾਈ ਸਾਹਿਬ ਟਾਇਰ ਠੰਡੇ ਕਰਾਉਂਦੇ ਹੁੰਦੇ ਸੀ ਕਿਸੇ ਟਾਈਮ 'ਚ ਹੈ ਇੱਧਰ ਨੂੰ ਵੀ ਆਇਆ ਨਾ ਰੇਤਾ ਲੈ ਕੇ ਰੇਤਾ ਹੀ ਇੱਧਰੋਂ ਲਿਆਉਂਦੀ ਡੇਰਾ ਬਸੀ 'ਤੇ ਲਿਆਉਂਦਾ ਨੀਗਾ ਹਾਂ ਤੇ ਪਰ ਇੱਧਰੋਂ ਲਿਆਉਂਦੇ ਸੀ ਡੇਰਾ ਬਸੀ ਤੋਂ ਮੁਬਾਰਕਪੁਰ ਤੋਂ ਹਾਂ ਅਸੀਂ ਰੁਕਦੇ ਸੀ ਉਦੋਂ ਬਾਹਰੋਂ ਬਾਹਰ ਹੀ ਜਾਂਦੇ ਸੀ ਬਹੁਤ ਘੱਟ ਰੁਕਦੇ ਹਾਏ ਇੱਧਰ ਉਹ ਵੀ ਤਾਂ ਆਈਦਾ ਸੀ ਜਦੋਂ ਉੱਧਰ ਵਾਲੇ ਰਸਤੇ ਦਾ ਰੇਤ ਘੱਟ ਹੁੰਦਾ ਸੀ ਠੀਕ ਹੈ ਜ਼ਿਆਦਾ ਅਸੀਂ ਰੇਤਾ ਭਰਦੇ ਸੀ ਉੱਥੋਂ ਰੱਤੇ ਵਾਲੀ ਤੋਂ ਰੱਤੇ ਵਾਲੀ ਜੰਮ ਜਾਂਦਾ ਸੀ ਰੇਤਾ ਪਾਣੀ ਪਾ ਪਾ ਕੇ ਖਾਲੀ ਕਰਦੇ ਸੀ ਉਹਦੇ ਭੈਣ ਰੇਤਾ ਕੀ ਸੀਮੈਂਟ ਹੀ ਸਾਰਾ ਬਿਲਕੁਲ ਸਭ ਤੋਂ ਮਹਿੰਗਾ ਰੇਤਾ ਵਿਕਦਾ ਖਦਨੀ ਕੁੰਡ ਵਾਲਾ ਮੁਬਾਰਕਪੁਰ ਜਸ ਵਾਲੇ ਘੋੜੇ ਦੇ ਲਾਏ ਮੈਂ ਚੱਕਰ ਉਹ ਇੱਥੋਂ ਚੱਲ ਕੇ ਸਿੱਧਾ ਉੱਥੇ ਰੁਕਵਾਉਂਦੇ ਸੀ ਉਹ ਲਓ ਬਈ ਦੱਸ ਬਈ ਚੋਬਰਾ ਫਿਰ ਕਿਹਦੇ ਪਿੰਡ ਪਹੁੰਚ ਗਏ ਲਾਡੀ ਦੇ ਪਿੰਡ ਤੋਂ ਅਗਲਾ ਪਿੰਡ ਹੈ ਕਿਹੜਾ ਪਿੰਡ ਆ ਪਿੱਛੇ ਆ ਡੱਡਿਆਣਾ ਮਾਣਕਪੁਰ ਦੇ ਅੱਗੇ ਆ ਫਿਰ ਡੱਡਿਆਣਾ ਕਣਕਾਂ ਇੱਧਰ ਪੱਕ ਗਈਆਂ ਵਿੱਚ ਵਿੱਚ ਹਰੀਆਂ ਇੱਧਰ ਵੀ ਕੋਈ ਕੋਈ ਦਾਣਾ ਵਿੱਚ ਹਰਾ ਹੈਗਾ ਬਾਕੀ ਮੈਨੂੰ ਆਇਆ ਮੈਸੇਜ ਜਰਵਿੰਦਰ ਦਾ ਲਓ ਜੀ ਫਾਟਕ ਹੋ ਗਿਆ ਬੰਦ ਜਿੰਨੇ ਸਾਡੀ ਗੱਡੀ ਆਈ ਅਤੇ ਸਾਹਮਣੇ ਆ ਗਿਆ ਚੰਡੀਗੜ੍ਹ ਰੋਡ ਅਤੇ ਇੱਧਰ ਵੀਡੀਓ ਕਾਲ ਆਈ ਵੀ ਆ ਜਿਨ੍ਹਾਂ ਨੇ ਗੋਪਰੋ ਭੇਜਿਆ ਸੀ ਸਾਨੂੰ
ਦੇ ਲਾਈਟ ਵਾਲੀ ਲਾਈਟ ਲਾਈਟ ਨਹੀਂ ਵਾਲੀ ਉਹ ਰੋਡ ਤੇ ਲਾਈਟ ਆ ਗਈਆਂ ਅੱਛਾ ਅੰਦਰ ਵਾਲੀ ਲਾਈਟ ਬਾਲ ਦੇਣਾ ਹੈਲੋ ਰਾਂ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਹੈ ਠੀਕ ਠਾਕ ਆ गैजेट पूरे हो गए मेरे पास थोड़ी जी घाट रहेगी और घूमे नागरावाल पहुंच गए अपन तो हम इधरों अपने रायपुरे जाना है एक बंदा आ रहा अपन मिलन दिखाने भी कि बंदा आ रहा आन दो जान दो जान दो कि फिर उधर कि ला भाई बिंदर भाई आ रहा अपन मिलना तेने बिंदर भाई आने आप क्या करा तरपाल खोल लवेंगे सारी क्योंकि फिर यद पटाका ना मार जे जहाजा गर्मी से हम तरपाल खोलते हैं तरपाल खोल के कह लागे रख रहे हैं डबल तरपाल पाती थी रात एक थले कपड़े वाली पाई गई है भाई कैमरा ला लिया अपने रस्सा रस्सा खोलेंगे तो थानू भी देखता रहूगा किदा खोलते हैं छा देख आ रहा ठीक है एन सेट क्योंकि कैमरा हाथ
भाई मिले अपन भाई ने बड़ी खिच के ब्रेक मारी है की हाल है भाई वधिया तेरे वधिया की नाम भाई तेरा सोनी 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 मिले भाई केड़ा पिंडा तूहा पिंडा अपना तूहा ठीक है आ जा ਇਹ ਮਹਾਰਾਸ਼ਟਰ ਦੇ ਘਰੇ ਸ਼੍ਰੀਨਗਰ ਗਏ ਹਾਂ ਐਨ ਵਧੀਆ ਅਤੇ ਬਾਈ ਆਹ ਚਲਾਉਂਦਾ ਟੈਂਕਰ ਆਜ਼ਾਦ ਵਾਲਿਆਂ ਦਾ ਅਟੈਚ ਕਰਿਆ ਪਤਾ ਪਹਿਲਾਂ ਅੱਛਾ ਫਿਰ ਕੱਟ ਕੇ ਤੇਲ 'ਤੇ ਲਾ ਪਾਉਂ ਅੱਛਾ ਠੀਕ ਹੈ ਠੀਕ ਆ ਰਾਜਪੁਰਾ ਹਾਂ ਲੁਧਿਆਣਾ ਕਰਨਾ ਇੱਧਰ ਪਰ ਕਾਨਪੁਰ ਜਾਣਾ हेलो चौक पार करके ही खड़े हैं हाँ इधर साइड से ला लो हाँ पीर जी दरगाह पार करके आ जा फटाफट आ जा मड़ जा लो भाई बिंदर आ गया 8007 च हूँ लवाया ना एंटीना एंटीना ही पट ले गया था कोई तो हूँ करते हैं अं गल बातें फिर मिलते हैं आपको और गिल साहब ठीक है ढोल की बद गई ही जिम लग गया तू तो गल बात करते हैं फिर मिल तुम एक होर बंदा आ रहा उन्होंने भी मिलवावे तुम चलो भाई साहिल भी आ गया उधर ही आया कदों अच्छा गड्डी खड़ा के आया ये भी करते हैं हम गल करते हैं फिर तुरते हैं गड्डी अपनी रेडी चार्जर देना आया बंदा देख लो स्पेशल स्पेशल ये बिना काफी युग नहीं है सुन सरा हो जाती है ये बिना तुम जाओ भाई मैं चढ़ो चाह पानी पीने के थार वाले जट आ रहे हैं पिछे भाई साहब थार लेके आ रहे हैं चाचा वाओ ओ लाई जा टी लाई है अगे चाह पानी पीने भाई जो रौला देख कितना पे मोटरसाइकिल का उधर रौला पे गया मोटरसाइकिल का ਆ ਵੀ ਕਹਿੰਦੇ ਕੁੰਡੀਆਂ ਦੇ ਫਸ ਗਏ ਸਿੰਘ ਮਿੱਤਰ ਹੁਣ ਨਿੱਤਰ ਉਬੜੇ ਵੇ ਕਾਣੀ ਤੇ ਉਹ ਕਹਿੰਦਾ ਪੈਸੇ ਮੈਂ ਦੇਣਾ ਉਹ ਯਾਰ ਦੋਏ ਦੇ ਦੋ ਇੱਧਰ ਹਾਂ ਲੜਾਈ ਹੋ ਗਈ ਸੀ ਲੜਾਈ ਤਾਂ ਜੋ ਕਿ ਮੈਂ ਗਏ ਹੈ ਨਾ ਖੂ ਆਪਾਂ ਵੀ ਇੱਦਾਂ ਹੀ ਆਪਣੇ ਟਾਇਰ ਇੱਦਾਂ ਬਾਜ ਕਰਦੇ ਹਾਂ ਤੇ ਲੋ ਵੀਰੇ ਤੁਰਨ ਲੱਗੇ ਤੇ ਬਾਈ ਮਿਲਿਆ ਇੱਕ ਹੋਰ ਕੀ ਨਾਮ ਬਾਈ ਤੇਰਾ ਹੈ ਕਿਹੜਾ ਪਿੰਡ ਕਨੌੜ ਕਨੌੜ ਠੀਕ ਆ ਤੇ ਚਾਹ ਪਾਣੀ ਪੀਨੇ ਆ ਬਾਈ ਨਾਲ ਹੁਣ ਬਹਿ ਕੇ ਚਾਹ ਪੀਊਗਾ ਹੋਰ ਹਾਂ ਪੀਏਗਾ ਇਹਦਾ ਪੀ ਲੂ ਨਾ ਜਾਨੂ ਨਾ ਨਹੀਂ ਕਰਦੇ ਲੜ ਮੇਰੇ ਲੜ ਦੇ ਬਾਈ ਚਾਹ ਜਾ ਬਾਈ ਆਪ ਜਿਹੜਾ ਪਕਿੰ ਚਾਰ ਕਰਨੇ ਨਾ ਮੈਂ ਨਹੀਂ ਪੀਣੀ ਯਾਰ ਹੋਰ ਮੈਂ ਕੰਮ ਵੀ ਲੈ ਰਿਹਾ ਜੀ ਨਾ ਪੀਣੀ ਪੈਣੀ ਬਾਈ ਨੇ ਕਿਹਾ ਇੰਨਾ चलो भाई हुण चाह पानी पीने दोबारा फिर एक बारी होर
ਬਾਈ ਬੰਦਾ ਬਦਲ ਗਿਆ ਬੈਠ ਵੀਰੇ ਬੰਦਾ ਬਦਲ ਗਿਆ ਬਾਈ ਮਾਰਾ ਤੇ ਬਾਈ ਆਏ ਹੋਰ ਆਪਣੇ ਤੇ ਬਾਈ ਚਾਹ ਪੀਊਂਗੇ ਠੰਡਾ ਹਵੇਂ ਤਾਂ ਚਾਹ ਪੀ ਪੀ ਗਿਆ ਚਾਹ ਪੀਣੀ ਬਾਈ ਗਾ ਨਾ ਦੁਆਰਾ ਠੀਕ ਹੈ ਰੋਜ ਸਨੈਪ ਆਵਾ ਗਈ 3B2 ਗੀ ਰਾਤ ਨਹੀਂ ਗਿਆ ਆਉਣਾ ਮੈਂ ਖੋਲ ਨੀ ਸਕਦਾ ਨਾ ਚਲੋ ਬਾਈ ਕਰਦੇ ਆ ਬਾਈ ਨਾਲ ਹੁਣ ਗੱਲਾਂ ਬਾਤਾਂ ਕੰਨ ਮੈਂ ਕਰ ਲਿਆ ਸਵੇਰ ਕੇ ਗੱਲਾਂ ਹੀ ਕਰ ਰਹੇ ਹੋਰ ਕਰ ਕਹਿ ਰਹੇ ਚੰਗਾ ਰਹੇ ਮਿੱਤਰੋ ਬਾਏ ਹਾਂ ਬਈ ਚੱਲਦੇ ਹਾਂ ਹੁਣ ਜਾਂਦਾ ਨੀ ਫਿਰ ਹੈ ਚੱਲ ਚੱਲ ਠੰਡੇ ਮੌਸਮ ਨੇ ਤੇ ਚੱਲੀਏ ਬਾਈ ਹੁਣ ਹੁਣ ਅਸੀਂ ਫਾਈਨਲ ਵਿੱਚ ਚੱਲੇ ਆ ਉਹ ਗੱਲ ਨਹੀਂ ਬਣਦੀ ਭਾਜੀ ਨਾਲ ਹੀ ਨਾਲ ਲੈ ਚੱਲੋ ਇਹ ਲਓ ਵੀ ਮਿੱਤਰੋ ਚੱਲ ਪਏ ਆਪਾਂ ਤੇ ਟਾਈਮ ਕਿੰਨਾ ਹੋ ਗਿਆ 11:16 ਹੋ ਗਏ ਟੂਲ ਟੈਕਸ 'ਤੇ ਪਹੁੰਚ ਗਏ ਅਤੇ ਬਾਈ ਜਿਹੜੇ ਆਪਾਂ ਨੂੰ ਮਿਲਣ ਆਏ ਸੀਗੇ ਹੈ ਨਾ ਉਹ ਕਹਿੰਦੇ ਸੀਗੇ ਵੀ ਯਾਰ ਟੂਲ ਦੀ ਜ਼ਰੂਰ ਪਾਇਓ ਵੀਡੀਓ ਬਈ ਆ ਬਹੁਤ ਤੰਗ ਕਰਦੇ ਆ ਟੂਲ ਟੈਕਸ ਵਾਲੇ ਅਤੇ ਲਓ ਬਈ ਪਹੁੰਚ ਗਏ ਟੂਲ ਟੈਕਸ 'ਤੇ 45 ਰੁਪਏ ਕਾਰ ਦੀ ਪਰਚੀ ਹੈ ਲਓ ਬਈ ਰਾਜਪੁਰੇ ਪਹੁੰਚ ਗਏ ਆਪਾਂ ਤੇ ਇੱਥੇ ਜਾਮ ਲੱਗਿਆ ਵਾ ਫੁੱਲ ਫਲੈਟ ਪਰਲੇ ਪਾਸੇ ਇਰਲੇ ਪਾਸੇ ਵੀ ਜਾਮ ਹੋ ਗਿਆ ਕਿਉਂਕਿ ਲੋਕਾਂ ਨੂੰ ਨਹੀਂ ਹੁੰਦਾ ਸਬਰ ਇੱਧਰ ਨੂੰ ਵੀ ਥੱਲੇ ਨੂੰ ਵੀ ਰੋਂਗ ਸਾਈਡ ਆਉਂਦੇ ਆ ਫਿਰ ਉੱਧਰ ਨੂੰ ਵੀ ਤਾਂ ਵੀ ਤੁਸੀਂ ਉੱਧਰ ਨੂੰ ਜਾ ਰਹੇ ਆ ਜਾਈ ਜਾਓ ਲੋਕ ਆਏ ਸੀ ਵੀਰੇ ਸਰਹੰਦ ਪਹੁੰਚੇ ਸੀਗੇ ਅਤੇ ਉਹ ਸਾਹਮਣੇ ਅੰਮ੍ਰਿਤ ਮੋਟਰ ਲਿਖਿਆ ਵਾ ਨਾ ਜੀ ਇੱਥੇ ਉੱਥੇ ਗਿਆ ਵਾ ਬੰਦਾ ਸਾਡਾ ਅਤੇ ਟੇਪ ਲਵਾਉਣੀ ਆ ਸ਼ੀਸ਼ਿਆਂ ਦੇ ਦੋਵਾਂ ਦੇ ਅਤੇ ਦੇਖਦੇ ਹਾਂ ਕਿਆ ਬਣਦਾ ਅਤੇ ਬਾਕੀ ਹੁਣ ਲੱਗੇ ਤੋਂ ਹੀ ਟੇਪ ਦਿਖਾਵਾਂਗੇ ਤੁਹਾਨੂੰ ਵੀ ਕਿਹੜੀ ਲਵਾ ਤੀ ਲਾਓ ਵੀਰੇ ਬਾਈ ਆਇਆ ਨਾਪ ਲੈਣ ਫਿਰ ਹੁਣ ਦੇਖ ਲਓ ਅਤੇ ਥੋੜ੍ਹੀ ਦੇਰ ਬਾਅਦ ਦੇਖ ਲਿਓ ਵੀ ਮਿੱਤਰੋ ਪੁੱਠਾ ਪੜ੍ਹ ਸਕਦੇ ਹਾਂ ਤੁਸੀਂ ਏਕਮ ਦਾ ਨਾਮ ਲਿਖਿਆ ਗਿਆ ਅਤੇ ਗੁੰਨੀ ਦਾ ਅਤੇ ਇਹਦੇ ਵੀ ਕਲਾਕਾਰੀ ਕਰਾਂਗੇ ਕੋਈ ਆਪਾਂ ਅਤੇ ਗੱਡੀ ਆਪਣੇ ਮਿੰਟੂ ਲੈ ਗਿਆ ਅੱਗੇ ਉਹ ਉੱਥੇ ਲਾ ਦੀ ਆਪਾਂ ਗੱਡੀ ਕੋਲ ਨਾ ਚੱਲੀਏ ਲਾਓ ਮਿੱਤਰੋ ਬਾਈ ਨੇ ਟੇਪ ਤਾਰਤੀ ਸ਼ੀਸ਼ਿਆਂ ਤੋਂ ਉੱਤੋਂ ਵੀ ਅਤੇ ਥੱਲਿਓ ਵੀ ਬਾਈ ਕਹਿੰਦਾ ਹੱਥ ਦੁਖਣ ਲੱਗ ਗਏ ਅਤੇ ਹੁਣ
ਇੱਥੇ ਲੱਗ ਜੇਗੀ ਇਹ ਵਾਲੀ ਟੇਪ। ਟੇਪ ਲੱਗ ਰਹੀ ਆ। ਦੱਸਾਂਗੇ ਵੀ ਇੱਕ ਲੱਖ ਦੇ ਪਤਾ ਲੱਗੂਗਾ ਤੁਹਾਨੂੰ ਵੀ ਕਿਹਦੇ ਬਲੌਗ 'ਚ ਲੱਗ ਗਈ ਆ। ਅਤੇ ਖੰਨੇ ਪਹੁੰਚਣੇ ਵਾਲੇ ਹੈ ਅਤੇ ਨਾਕਾ ਕਰਾਓ। ਅੱਜ ਲੱਗਿਆ ਵਾ ਨਹੀਂ ਯਾਰ, ਨਾਕਾ ਲੱਗਿਆ ਵਾ ਹੁੰਦਾ ਚੈਕਿੰਗ ਵਾਲਿਆਂ ਦਾ। ਕਾਰਾਂ 'ਚ ਜੇ ਮੁੰਡੇ ਬੈਠੇ ਆ ਨਾ ਕਾਰ 'ਚ ਤਾਂ ਚੈਕਿੰਗ ਪੱਕਾ ਹੋਣੀ ਆ ਯਾਰ। ਲੰਗਰ ਖਾਣ ਰੁਕੇ ਦੇ ਉਰੇ ਵਾਹ ਮਿਹਰਬਾਨੀ ਫੁੱਲ ਆ ਟੈਂਕ ਹੁਣੇ ਲੰਗਰ ਛੱਤ ਕੇ ਹਟਿਆ। ਤੂੰ ਦੱਸ ਤੇਰੀ ਕਿਆ ਸੇਵਾ ਕਰੀਏ। ਵਾਹ ਵਧੀਆ ਵਾ, ਤੁਹਾਡੀ ਗੱਡੀ ਦੇਖ ਕੇ ਰੁਕ ਗਿਆ ਮੈਂ। ਅੱਛਾ ਅੱਛਾ, ਸੋਨੂੰ ਭਾਈ ਕਿੱਥੇ ਲੱਗਾ? ਬਹੁਤ ਕੱਟ ਗਿਆ। ਕੀ ਹਾਲ ਆ ਭਾਜੀ? ਵਧੀਆ, ਤੁਸੀਂ ਸੁਣਾਓ? ਵਧੀਆ, ਠੀਕ ਠਾਕ ਹੋ? ਵਧੀਆ ਵਧੀਆ, ਮੈਂ ਗੱਡੀ ਦੇਖ ਕੇ ਰੁਕ ਗਿਆ, ਮੈਂ ਸੋਨੂੰ ਭਾਈ ਵਾਲੀ ਆ ਗੱਡੀ। ਹੋਰ ਠੀਕ ਠਾਕ? ਹਾਂਜੀ ਹਾਂਜੀ ਵਧੀਆ ਭਾਈ। ਚਲੋ ਠੀਕ ਆ ਵੀਰੇ, ਹੈ ਫਿਰ ਚੱਲੀਏ। ਚਲੋ ਠੀਕ ਆ ਭਾਈ। ਚੱਲ ਬਈ ਜਾਮ ਲੱਗਿਆ ਵਾ ਏਡਾ, ਕਹਿਣੇ ਸੁਣਨੇ ਵਾਲਾ। ਇੰਨੀ ਲੜਾਈਆਂ ਹੁੰਦੀਆਂ ਯਾਰ। ਓਏ ਇੱਥੇ ਕਾਰ ਖੜੀ ਹੁੰਦੀ ਸੀ ਇੱਕ, ਕਿਹੜੀ? ਉਹ ਜਿੱਦਾਂ ਦੀ ਯਾਰ ਗੇਮਾਂ ਗੁਮਾਂ 'ਚ ਕਾਰ ਨਹੀਂ ਹੁੰਦੀ, ਉਹ ਪਿੱਛੋਂ ਲੰਬੀ ਜੀ ਬੜੀ, ਕਾਫੀ ਟਾਈਮ ਇੱਥੇ ਖੜੀ ਨਹੀਂ ਸੀ ਕਾਰ। ਅੱਛਾ ਜੀ ਬਾਈ, ਦੱਸਿਓ ਜੇ ਕਿਸੇ ਨੇ ਦੇਖੀ ਹੋਏ ਉਰੇ ਪੁਰਾਣੀ ਕਾਰ ਲਾਡੋ ਵਾਲ ਟੋਲ ਟੈਕਸ ਦੇ, ਕਮੈਂਟ ਕਰਿਓ। ਕਾਰ ਯਾਰ ਲੰਬੀ ਜੀ ਦੇਖੀ ਦੱਸਿਓ। ਮੋਟਰਸਾਈਕਲ ਵਾਲਾ
ओवरलोड होना चाहे अंडरलोड हो परे भी जाम लगे वा कहता लगे वा देख कार खराब हो गई अंदर 12 किलोमीटर इतों तो इतने रोक के की करना एक मिलाने छदाई नू दोनों छदाई आ रहा लै दिखाई उधर दे बड़ी दूर ओ खड़ा भाई हने आ रहे ही अपने पिछे पिछे हो ठीक हो भाई गाइस वाला उधर ही रुक गया हो रहा गाइस पर वाटर पार्टी एह जी होंगी है मगर एक एक चीज है ना अगर आप फुल कराओगे ना आपकी किस्त कितनी रहनी है 90-85 हज़ार वो ये कितना ब्याज कितना लगता है वो 12 चक्की की 14 चक्की की लाख से ऊपर पता नहीं किस वाले को किस्ताने ब्याज लगेगा ब्याज पता नहीं कितना पूछ लिया ब्याज कितना नहीं ब्याज आपका 6% लगेगा हमारा लगता है 10% 11% लो भाई मित्रों चल पे जी आप आगे जा रही है गड्डी जाही दाली सारे उच पाए हुए हैं वेल कप लो भी मित्रों पठानकोट वाले रोड से हो गए आप जलंधर तो आप करते हैं ब्लॉग का एंड तो इधर गुप्ता कोल गप्पे चाट भंडार बड़ी भीड़ लगी हुई थी इस ब्लॉग का करते एंड तो मिंटू वाला ब्लॉग करते हैं इतों शुरू तो मिंटू अपने फोन च करूँगा कि लगा सूँ साज का ब्लॉग कमेंट करके जरूर दस्यो तो चैनल में कर लो सबसक्राइब ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਿਲਦੇ ਹਾਂ ਅਗਲੇ ਵਲੌਗ 'ਚ ਤਦ ਤੱਕ ਸਤਿ ਸ਼੍ਰੀ ਅਕਾਲ ਰੱਬ ਰਾਖਾ ਚੱਲ ਗਿਆ ਆਹ ਸਮਝ ਲੈ ਰੁਪਿਆ ਆਹ ਗਿਣਤੀ ਆ ਗਈ ਨਾ ਉੱਪਰ ਬਟਨ ਦੱਬਿਆ ਨਾ ਆਹ ਗਿਣਤੀ ਲਾ ਲਓ ਚਾਲੂ ਹੋ ਗਈ ਤਾਂ ਸਮਝ ਲੈ ਚੱਲ ਗਿਆ